ਸਲਾਮ ਅਲੈਕਮ ਜੀ, ਪਿੰਡਾਂ ਵਾਲਿਓ ਕੀ ਹਾਲ? ਠੀਕ ਠਾਕ ਹੋ? ਬਾਰਿਸ਼ ਪੈਣ ਡੀ, ਇੰਜੋਏ ਕਰਨਾ ਪਏ ਸੁਬਾਹ ਦੀ। ਵਾਹਲੀ ਗਰਮੀ ਲੱਗਦੀ ਸੀ ਪਈ, ਬੜੀ ਗਰਮੀ ਅਤੇ ਗੁੰਮਾ ਜਿਹਾ ਬਣਿਆ ਸੀ, ਕੱਲ੍ਹ ਪਰਸੋਂ ਦਾ ਬਣਿਆ ਸੀ ਅਤੇ ਅੱਲਾਹ ਅੱਗੇ ਦੁਆ ਕੀਤੀ ਹੈ ਰੱਬ ਸੋਹਣੇ ਨੇ ਕਬੂਲ ਕਰ ਲਈਏ। ਪਹਿਲਾਂ ਹਨੇਰੀ ਆਈਏ, ਹਨੇਰੀ ਦੇ ਵਿੱਚ ਵਾਹਵਾ ਹੀ ਜਿਹੜਾ ਨਾ, ਤੁਹਾਨੂੰ ਪਤਾ ਘੱਟਾ ਮਿੱਟੀ ਵਾਹਵਾ ਹੀ ਉੱਡਦਾ, ਵਾਹਵਾ ਹੀ ਘੱਟਾ ਮਿੱਟੀ ਉੱਡੇ। ਲੇਕਿਨ ਇਹ ਕਿ ਅੱਲਾਹ ਪਾਕ ਨੇ ਜਲਦੀ ਤੋਂ ਜਲਦੀ ਬਾਰਿਸ਼ ਸ਼ੁਰੂ ਕਰ ਲਈ, ਅਤੇ ਬਾਰਿਸ਼ ਇੰਜੋਏ ਕਰਨੇ ਪਰ ਪੇਸ਼ੇ ਮਾਰਨ ਪਏ ਹਾਂ। ਪਤਾ ਨਹੀਂ ਲੋਕਾਂ ਨੂੰ ਸਰਦੀ ਲੱਗਣ ਡਈ, ਕੋਈ ਬਾਹਰ ਨਿਕਲਣ ਨਹੀਂ ਡਿਆ। ਭਰਾ ਨਾ, ਭਰਾ ਹੀ ਆ ਗਿਆ, ਸਲਮਾਨ ਹੀ ਆ ਗਿਆ, ਪਿੱਤ ਮਾਰੀ ਨਾ ਤੇ ਜਿਹੜਾ ਨਿਕਲ ਜਾਂਦੀ ਹੁੰਦੀ ਹੈ ਗਰਮੀ। ਕਿਉਂ ਭਾਈ ਨੀਮਾ, ਤੂੰ ਵੀ ਲੈਣ ਆਈ ਹੈ? ਆ ਇੱਥੇ ਪਿੱਤ ਮਾਰ ਹੁਣ। ਹਾਂ ਬਈ, ਪਿੱਤ ਛਿੱਤ ਮਾਰਨ ਡੇ ਹਾਂ, ਉੱਧਰ ਕੈਮਰਾ ਦੇਖਣਾ, ਕੈਮਰਾ ਆਣ ਹੈ, ਮੈਕ ਲਾਇਆ, ਆਵਾਜ਼ ਆਉਣ ਡਈ। ਬੜੀ ਗਰਮੀ ਘੱਟ ਹੋ ਗਈ ਹੁਣ, ਨਹੀਂ ਜਾ ਹੁਣ ਨਹੀਂ ਆਈ ਹੈਗੀ, ਬੜੀ ਗਰਮੀ ਆ ਅੱਜ ਵਾਲੀ ਲੱਗਣ ਡਈ। ਹਾਂ ਸੱਜਣਾ ਤੇ ਮਿੱਤਰੋ ਤੇ ਬੇਲੀ, ਉਹ ਦੱਸਿਓ ਜਰਾ ਤੁਹਾਡੇ ਇਲਾਕੇ ਵੀ ਬਾਰਿਸ਼ ਹੋਣ ਡਈ ਹੈ ਕਿ ਨਹੀਂ ਹੋਣ ਡਈ? ਕਿਉਂਕਿ ਅੱਗੋਂ ਸਾਉਣ ਦਾ ਮਹੀਨਾ ਚੜ੍ਹਨ ਵਾਲਾ, ਸਾਉਣ ਭਾਦਰਾਂ ਦੇ ਵਿੱਚ ਬਾਰਿਸ਼ ਫੁੱਲ ਬਾਰਿਸ਼ ਦਾ ਮੌਸਮ ਬਣਦਾ ਹੁੰਦਾ। ਲੇਕਿਨ ਇਹ ਕਿ ਸਾਉਣ ਤੇ ਚੜ੍ਹਨ ਜੇ ਕੋਈ 10 ਦਿਨ ਹੈ ਨੇ, ਬਾਰਿਸ਼ ਵਗੈਰਾ ਜਿਹੜੀ ਨਾ ਸ਼ੁਰੂ ਹੋ ਗਈ ਹੈ। ਜਰਾ ਫੁੱਲ ਵਾਲੀ ਗੇੜੀ ਛੇੜੀ ਲਾਈਏ, ਫੁੱਲ ਤੇ ਜਲਾ ਜ਼ੂਮ ਕਰਨਾ ਹੈ। ਜ਼ੂਮ ਕਰਕੇ ਘੱਟ ਕਰ ਲਈ, ਫੁੱਲ ਜ਼ੂਮ ਤਾਂ ਵੀਡੀਓ ਨਹੀਂ ਬਣਦੀ ਸਾਹਿਬ। ਸਾਡੇ ਕੋਲ ਇੱਕ ਆਵਾਜ਼ਾਰੀ ਹੈ, ਬਾਰਿਸ਼ ਹਨੇਰੀ ਥੋੜ੍ਹੀ ਜਿਹੀ ਆ ਜਾਏ ਨਾ ਤੇ ਉਹ ਲੈਟ ਹੋ ਜਾਂਦੀ ਹੈ ਗੈਸ। ਤੁਹਾਨੂੰ ਪਤਾ ਹੀ ਹੈ ਸਾਰਿਆਂ ਯਾਰਾਂ ਦੋਸਤਾਂ ਨੂੰ ਕਿ ਜਦੋਂ ਬਾਰਿਸ਼ ਖਤਮ ਹੁੰਦੀ ਤੇ ਉਸ ਤੋਂ ਬਾਅਦ ਜਿਹੜਾ ਗੁੰਮਾ ਲੱਗਦਾ ਨਾ, ਆਹ ਬੰਦਾ ਅੰਦਰ ਜਗ੍ਹਾ ਰਹਿੰਦਾ ਤੇ ਨਾਲ ਰਹਿੰਦਾ ਬੰਦਾ ਬਾਹਰ ਜਗ੍ਹਾ। ਅੱਲਾਹ ਅੱਗੇ ਦੁਆ ਕਰਾਂਗੇ ਕਿ ਯਾਰ ਬਾਰਿਸ਼ ਛੋਟੀ ਆਏ, ਪੈਰਾਂ ਸ਼ਹਿਰਾਂ ਜਿਹੜੀਆਂ ਨਾ ਸਾਡੀਆਂ ਜੀਆਂ ਨਾ ਖਰਾਬ ਹੋਣ, ਲੈਟ ਦੀਆਂ ਤੇ ਲੈਟ ਚਾਲੂ ਰਹੇ, ਬਾਰਿਸ਼ ਤੋਂ ਬਾਅਦ ਜਿਹੜੀ ਨਾ ਲੈਟ ਚਾਲੂ। ਹੈਂ, ਸਾਡੇ ਚੂਹੇ ਦੇ ਵਿੱਚ ਪਾਣੀ ਵੀ ਵਾਹਵਾ ਸਾਫ਼ ਆਉਣ ਡਿਆ ਹੈ। ਬਾਲ ਵੀ ਇੰਜੋਏ ਕਰਦੇ ਨੇ ਬਾਰਿਸ਼ ਨੂੰ, ਬੜਾ ਮਜ਼ਾ ਆਉਂਦਾ ਇਸ ਬੜਾ। ਬੰਦ ਹੋ ਗਈ, ਅਸੀਂ ਫਿਰ ਚੱਲੇ ਹਾਂ। ਬਾਰਿਸ਼ ਯਾਰ ਥੋੜ੍ਹੀ ਜਿਹੀ ਪੈਣ ਡੀ, ਬਾਰਿਸ਼ ਤੇਜ਼ ਹੋਣੀ ਚਾਹੀਦੀ ਹੈ।